ਯਾਤਰਾ ਦਾ ਅੱਜ ਦੂਜਾ ਦਿਨ ਆ। ਲਗਾਤਾਰ ਪੜਾਅ ਦਰ ਪੜਾਅ ਪਾਰ ਕਰਦਿਆਂ ਹੋਇਆਂ ਆਖਿਰਕਾਰ ਜਲਾਲਾਬਾਦ 'ਚ ਐਂਟਰ ਹੋ ਚੁੱਕੇ ਹਾਂ ਅਤੇ ਸਾਡੇ ਨਾਲ ਸਿੰਦਰਜੀਤ ਸਿੰਘ ਮੰਟਾ ਜੀ ਮੌਜੂਦ ਨੇ, ਇੰਚਾਰਜ ਨੇ ਇੱਥੋਂ ਸ਼੍ਰੋਮਣੀ ਅਕਾਲੀ ਦਲ ਦੇ, ਉਹਨਾਂ ਗੱਲਬਾਤ ਕਰਦੇ ਆ। ਲਗਾਤਾਰ ਭਰਵਾਂ ਹੁੰਗਾਰਾ ਮਿਲ ਰਿਹਾ, ਕਿਸ ਤਰੀਕੇ ਨਾਲ ਤੁਸੀਂ ਦੇਖ ਰਹੇ ਹੋ? ਜੋ ਅੱਜ ਇੱਥੇ ਯਾਤਰਾ ਹਲਕਾ ਜਲਾਲਾਬਾਦ ਪਹੁੰਚੀ ਹੈ, ਬਹੁਤ ਹੀ ਵੱਡੀ ਤਾਦਾਦ 'ਚ ਸੰਗਤ ਆਈ ਹੈ। ਤੁਸੀਂ ਦੇਖ ਹੀ ਰਹੇ ਹੋ ਪੂਰੇ ਚਾਅ ਦੇ ਨਾਲ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਸਾਡੇ ਜਿਹੜੀ ਸੀਨੀਅਰ ਲੀਡਰਸ਼ਿਪ ਨਾਲ ਸਾਰੇ ਵਰਕਰ ਸਾਹਿਬਨ ਬੜੇ ਭਰਵੇਂ ਜੋਸ਼ ਨਾਲ ਇੱਥੇ ਅੱਜ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦਾ ਨੂੰ ਜੀ ਆਇਆਂ ਕਹਿਣ ਵੀ ਇੱਥੇ ਪਹੁੰਚੇ। ਬਹੁਤ ਸਾਰੇ ਜਿਹੜੇ ਲੋਕ ਨੇ ਇਸ ਨਾਲ ਹੁਣ ਜੁੜਦੇ ਨਜ਼ਰ ਆ ਰਹੇ ਨੇ, ਜਿਸ ਮੈਨੂੰ ਅਸੀਂ ਵੀ ਖੜੇ ਦੇਖ ਰਹੇ ਹਾਂ, ਖਾਸ ਕਰਕੇ ਨੌਜਵਾਨ ਨੇ ਜਿਹੜੇ ਲਗਾਤਾਰ ਇਸ ਨਾਲ ਜੁੜੇ, ਕਿਉਂਕਿ ਪ੍ਰਧਾਨ ਸਾਹਿਬ ਇੱਥੋਂ MLA ਰਹੇ ਆ, ਡਿਪਟੀ ਚੀਫ ਮਿਨਿਸਟਰ ਰਹੇ ਆ, ਉਹਨਾਂ ਨੇ ਇਸ ਇਲਾਕੇ ਦਾ ਕੰਮ ਬਹੁਤ ਕੀਤਾ। ਚਲੋ ਠੀਕ ਹੈ, ਕਈ ਵਾਰੀ ਕੋਈ ਸਮਾਂ ਆਉਂਦਾ, ਹਾਲਾਤ ਬਦਲਦੇ ਆ, ਲੇਕਿਨ ਅੱਜ ਸੰਗਤ ਜਾਣੂ ਹੋ ਚੁੱਕੀ ਹੈ ਕਿ ਸਾਡਾ ਅਤੇ ਬਗਾਨੇ 'ਚ ਫਰਕ ਕੀ ਹੈ। ਇਸ ਕਰਕੇ ਅੱਜ ਉਹ ਪ੍ਰਧਾਨ ਸਾਹਿਬ ਨੂੰ ਬਹੁਤ ਪਿਆਰ ਕਰਦਾ, ਨੌਜਵਾਨ ਯੂਥ ਵੀ ਸਾਡਾ, ਸਾਰੇ ਆ ਬਾਰਡਰ ਤੋਂ ਬੜੀ ਤਾਦਾਦ 'ਚ ਸੰਗਤ ਆਈ ਅੱਜ। ਇਸ ਕਰਕੇ ਪੰਜਾਬ ਦੇ ਮੌਜੂਦਾ ਹਾਲਾਤ ਤੁਸੀਂ ਦੇਖੀ ਜਾਂਦੇ ਹੋ, ਥਾਂ ਥਾਂ 'ਤੇ ਧਰਨੇ, ਹਰੇਕ ਕੋਈ ਵੀ ਕਿਸੇ ਨੂੰ ਕੋਈ ਇਨਸਾਫ਼ ਨਹੀਂ ਮਿਲ ਰਿਹਾ। ਦੇਖੋ ਕਿੰਨਾ ਲਾਅ ਐਂਡ ਆਰਡਰ ਦਾ ਬੜਾ ਬੁਰਾ ਹਾਲ ਆ ਜਿਹੜਾ ਇੱਥੇ ਸਾਰਾ ਕੁਛ। ਇਸ ਕਰਕੇ ਮੈਂ ਤਾਂ ਪੰਜਾਬ ਦੀ ਜਨਤਾ ਨੂੰ ਸਾਰਿਆਂ ਨੂੰ ਅਪੀਲ ਕਰਦਾ ਕਿ ਪੰਜਾਬ ਦੀ ਜਿਹੜੀ ਸਹੀ ਵਾਰਸ ਸਹੀ ਪਾਰਟੀ ਹੈ ਉਹ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੀ ਹੈ। ਇਹਨੂੰ ਕਾਮਯਾਬ ਕਰੀਏ ਤਾਂ ਕਿ ਆਪਾਂ ਸਾਰੇ ਹੀ ਫਿਰ ਜਿਵੇਂ ਪਹਿਲਾਂ 15 ਸਾਲ ਆਨੰਦ ਮਾਣਿਆ ਸਤਾਬ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ 'ਚ, ਉਵੇਂ ਆਪਾਂ ਗਾਂ ਵੀ। ਕਿੰਨਾ ਕੁ ਲੱਗਦਾ ਭਾਈ ਪ੍ਰਭਾਵ ਪਊਗਾ ਇਸ ਯਾਤਰਾ ਦੇ ਨਾਲ, ਕਿਉਂਕਿ ਲਗਾਤਾਰ ਲੋਕ ਜੁੜਦੇ ਆ ਰਹੇ ਤੁਹਾਡੇ ਹਲਕੇ 'ਚ? ਕਿੰਨਾ ਦੇਖੋ ਜੀ, ਮੈਂ ਪਿਛਲੇ ਕਈ ਦਿਨਾਂ ਤੋਂ ਪਿੰਡਾਂ 'ਚ ਗਿਆ, ਬਹੁਤ ਵਧੀਆ ਰਿਸਪੋਂਸ ਭਰਾਵਾਂ ਨੇ ਦਿੱਤਾ, ਜੋ ਕਿ ਮੈਂ ਕਈਆਂ ਨੂੰ ਦੱਸਿਆ ਇੱਥੇ ਆ ਕੇ, ਮੈਂ ਕਿਹਾ ਮੈਨੂੰ ਇਲੈਕਸ਼ਨ ਦੇ ਦੌਰਾਨ ਉਨੀ ਖੁਸ਼ੀ ਨਹੀਂ ਹੁੰਦੀ ਸੀ ਕਈ ਵਾਰੀ ਜੋ ਜਾਈਦਾ ਸੀ, ਜਿਹੜੀ ਹੁਣ ਹੋ ਰਹੀ ਹੈ, ਅਤੇ ਨਾਲ ਐਂ ਵੀ ਕਹਿ ਦਿੰਦੇ ਸੀ ਯਾਰ ਫੜੋ ਬਾਂਹ ਤੁਰੋ ਹੁਣ, ਇਹਦੇ ਮਤਲਬ ਇਹਦੇ ਕਹਿਣ ਦਾ ਭਾਵ ਇਹੀ ਸੀ ਸੰਗਤ ਦਾ ਵੀ ਤਗੜੇ ਹੋ ਕੇ ਤੁਰੋ, ਅਸੀਂ ਤੁਹਾਡੇ ਨਾਲ। ਮਤਲਬ ਅੱਕੇ ਹੋਏ ਨੇ ਲੋਕ ਸਰਕਾਰ ਤੋਂ? ਬਿਲਕੁਲ, ਪੂਰੀ ਤਰ੍ਹਾਂ। ਅਤੇ ਹੁਣ ਸਵਾਗਤ ਜਿਹੜਾ ਕੀਤਾ ਗਿਆ, ਪਰਮਾ ਸਵਾਗਤ ਹੋਇਆ ਆ ਸੁਖਬੀਰ ਸਿੰਘ ਬਾਦਲ ਹੋਣਾ ਦਾ, ਲਗਾਤਾਰ ਇਸ ਤਰੀਕੇ ਨਾਲ ਜਾਰੀ ਰਹੇਗਾ? ਹਾਂ, ਇੱਥੋਂ ਹੁਣ ਆਪਾਂ ਜਲਾਲਾਬਾਦ ਤੋਂ ਅੱਗੇ ਜਾ ਰਹੇ ਹਾਂ ਵੈਰੋਕੇ ਨੂੰ, ਉਸ ਤੋਂ ਬਾਅਦ ਅਰਨੀ ਵਾਲਾ, ਅਤੇ ਉੱਥੇ ਸਮਾਪਤੀ ਹੋਏਗੀ। ਇਸ ਕਰਕੇ ਮੈਨੂੰ ਲੱਗਦਾ ਕਾਫੀ ਅਜੇ ਆਪਾਂ ਟਾਈਮ ਲੱਗ ਜਾਣਾ ਪਹੁੰਚਣ 'ਤੇ ਐਂਡ 'ਤੇ। ਪੜਾਅ ਇਹ ਨਹੀਂ, ਪੜਾਅ ਅੱਗੇ ਚੋਣਾਂ ਦੇ ਵੀ ਨੇ, ਉਸ ਵਿੱਚ ਕਿਵੇਂ ਦੇਖਦੇ ਹੋ ਅੱਗੇ ਜਿਹੜੇ ਪੜਾਅ? ਜਿਹੜਾ ਹੁਣ ਲੋਕ ਸਭਾ ਦਾ ਇਲੈਕਸ਼ਨ ਹੀ ਹੋਣਾ ਇਸ ਤੋਂ ਬਾਅਦ ਹੁਣ ਤਾਂ, ਉਹਦੇ ਵਾਸਤੇ ਮੈਨੂੰ ਲੱਗਦਾ ਬੜੀ ਭਾਰੀ ਬਹੁਮਤ ਨਾਲ ਜਿਤਾਉਣਗੇ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ। ਪੰਜਾਬ ਬਚਾਓ ਯਾਤਰਾ ਜੋ ਜਲਾਲਾਬਾਦ ਪਹੁੰਚ ਗਈ ਹੈ, ਉਹਦਾ ਬੜਾ ਭਰਮਾ ਸਵਾਗਤ ਹੋ ਰਿਹਾ ਯੂਥ ਵੱਲੋਂ। ਆ ਤੁਸੀਂ ਦੇਖ ਰਹੇ ਹੋ 3 ਘੰਟੇ ਲੇਟ ਪਹੁੰਚੀ ਹੈ, ਪਰ ਫਿਰ ਵੀ ਸਾਡਾ ਕੋਈ ਵਰਕਰ ਕਿਸੇ ਪਾਸੇ ਨਹੀਂ ਗਿਆ। ਸਾਡੇ ਮਹਿਬੂਬ ਨੇਤਾ ਨੂੰ ਬੜੀ ਬੇਸਬਰੀ ਨਾਲ ਉਡੀਕ ਰਹੇ ਆ, ਕਿਉਂਕਿ ਸਾਰਿਆਂ ਨੂੰ ਹੁਣ ਪਤਾ ਲੱਗ ਚੱਲਿਆ ਕਿ ਜੋ ਪੰਜਾਬ ਦੀ ਵਾਰਸ ਆ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਹੈ, ਬੜੀਆਂ ਸਰਕਾਰਾਂ ਲੋਕਾਂ ਨੇ ਵੇਖ ਲਈਆਂ, ਪਰ ਜੋ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਇਸ ਹਲਕੇ ਨਾਲ ਮੋਹ ਵੀ ਹੈ, ਕਿਉਂਕਿ ਪਹਿਲਾਂ MLA ਰਹੇ, ਡਿਪਟੀ CM ਰਹੇ ਆ, ਹੁਣ ਵੀ ਸਾਡੇ ਮੈਂਬਰ ਪਾਰਲੀਮੈਂਟ ਤੌਰ 'ਤੇ ਸਾਡੀ ਅਗਵਾਈ ਕਰ ਰਹੇ ਆ। ਬਹੁਤ ਖੁਸ਼ੀ ਦੀ ਗੱਲ ਹੈ, ਸਰਦਾਰ ਸੁਖਬੀਰ ਸਿੰਘ ਬਾਦਲ ਸਾਡੇ ਹਲਕੇ 'ਚ ਪਹੁੰਚ ਰਹੇ ਆ, ਸਾਡੇ ਹਲਕੇ ਦੇ ਜ਼ਿਲ੍ਹੇ ਲੋਕ ਸਭਾ ਹਲਕਾ ਫਿਰੋਜ਼ਪੁਰ ਦੇ ਪਾਰਲੀਮੈਂਟ ਹੈ। ਸੋ ਤੁਸੀਂ ਦੇਖਿਆ ਜੀ ਕਿੰਨਾ ਲੋਕਾਂ 'ਤੇ ਸ਼ਾਇਆ, ਲੋਕ ਆਪਦੇ ਘਰੋਂ ਆਪ ਟਰੈਕਟਰ ਲੈ ਕੇ ਆਪ ਗੱਡੀਆਂ ਲੈ ਕੇ ਆਪ ਮੁਹਾਰੇ ਚੱਲ ਕੇ ਆਏ ਆ, ਲੋਕਾਂ ਨੂੰ ਇੱਕ ਪੰਜਾਬ ਬਚਾਉਣ ਦਾ ਜੋ ਪੰਜਾਬ ਦੇ ਵਿੱਚ ਐਸੇ ਹਾਲਾਤ ਬਣ ਗਏ ਬਹੁਤ ਜ਼ਰੂਰੀ ਸੀਗਾ। ਸੋ ਅੱਜ ਲੋਕਾਂ ਦੇ ਵਿੱਚ ਬੜਾ ਉਤਸ਼ਾਹ, ਲੋਕ ਬੜੀ ਖੁਸ਼ੀ ਨਾਲ ਆ ਕੇ ਸੁਖਬੀਰ ਸਿੰਘ ਬਾਦਲ ਧੰਨਵਾਦ ਕਰਨ ਲਈ ਆਏ ਆ, ਸਾਥ ਕਰਨ ਲਈ ਆ ਜਾਏ ਆ। ਪੰਜਾਬ ਬਚਾਓ ਯਾਤਰਾ ਦਾ ਜੋ ਅੱਜ ਸਰ ਸੁਖਬੀਰ ਸਿੰਘ ਬਾਦਲ ਪੰਜਾਬ ਪ੍ਰਧਾਨ ਦੀ ਅਗਵਾਈ ਦੇ ਵਿੱਚ ਅਤੇ ਸਮੂਹ ਜਿਹੜੇ ਲੀਡਰਾਂ ਸਾਹਿਬਾਨਾਂ ਦੀ ਆਗੂ ਸਾਹਿਬਾਨਾਂ ਦੀ ਅਗਵਾਈ ਦੇ ਵਿੱਚ ਚੱਲ ਰਹੀ ਹੈ,
ਮੇਰਾ ਖਿਆਲ ਹੈ ਮੈਂ ਜਦੋਂ ਸਰਕਾਰਾਂ ਵੇਲੇ ਵੀ ਇੰਨਾ ਕਿਸੇ ਦੇ ਨਾਲ ਉਤਸ਼ਾਹ ਨਹੀਂ ਵੇਖਿਆ ਜੋ ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨਾਲ ਉਤਸ਼ਾਹ ਹੈ। ਕਿਉਂ? ਲੋਕ ਭੁੱਲ ਗਏ, ਹਰ ਬੰਦਾ ਦਾ ਅਸੀਂ ਭੁੱਲ ਗਏ ਅੱਗੇ, ਸਾ ਅਸੀਂ ਠੱਗੇ ਗਏ, ਅਸੀਂ ਗਲਤੀ ਕਰ ਲਈ, ਗਲਤੀ ਦਾ ਪਛਤਾਵਾ ਕਰ ਦਿਓ ਆਪਣੇ ਆਪ। ਲੋਕ ਤੁਸੀਂ ਵਿਹਰੇ ਪਏ ਜੇ ਇੱਥੇ ਪਹੁੰਚਣ 'ਤੇ ਉਹਨਾਂ ਦੇ ਐਡੇ ਵੱਡੇ ਇਕੱਠ ਹੋ ਰਹੇ ਜਗ੍ਹਾ ਜਗ੍ਹਾ 'ਤੇ, ਆਪ ਵੀ ਆਪ ਪਹੁੰਚ ਰਹੇ। ਮੈਂ ਸਮਝਦਾ ਗਾ ਜਿਸ ਤਰ੍ਹਾਂ ਇਹ ਅੱਗੇ ਅੱਗੇ ਯਾਤਰਾ ਜਾਏਗੀ ਉਸੇ ਤਰ੍ਹਾਂ ਹੀ ਰਸ਼ ਹੋਰ ਵਧੇਗਾ, ਕਿਉਂਕਿ ਅੱਜ ਕੱਲ੍ਹ ਜਿਹੜਾ ਨੌਜਵਾਨ ਵਰਗ ਹੈ ਉਹਦੇ 'ਚ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਕਰੇਜ਼ ਹੈ। ਉਹਨਾਂ ਨੇ ਇੱਥੇ ਬਹੁਤ ਜ਼ਿਆਦਾ ਕੰਮ ਕੀਤੇ ਹਨ, ਸਰਵ ਪੱਖੀ ਵਿਕਾਸ ਕਰਾਇਆ, ਔਰ ਅੱਗੇ ਆਪਾਂ ਦੇਖਾਂਗੇ ਹੁਣ ਇਸ ਤੋਂ ਬਾਅਦ ਸ਼ਹਿਰ ਵਿੱਚ, ਸ਼ਹਿਰ ਤੋਂ ਬਾਅਦ ਉਸ ਤੋਂ ਬਾਅਦ ਅਰਨੀ ਵਾਲਾ ਜਾਣਾ ਹੈ, ਰੋੜਾਂ ਵਾਲੇ ਜਾਣਾ ਹੈ, ਅਨੇਕਾਂ ਥਾਵਾਂ 'ਤੇ ਲੋਕਾਂ ਵੱਲੋਂ ਉਹਨਾਂ ਦਾ ਸਵਾਗਤ ਵੀ ਕੀਤਾ ਜਾਣਾ। ਔਰ ਜੇ ਆਪਾਂ ਦੇਖ ਰਹੇ ਹਾਂ ਅਗਰ ਇੰਨਾ ਰਸ਼ ਅੱਜ ਇੱਥੇ ਨਜ਼ਰ ਆ ਰਿਹਾ ਤਾਂ ਜਿਹੜੇ ਕੰਮ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕੀਤੇ ਹਨ ਇਹ ਉਸ ਚੀਜ਼ ਦੀ ਗਵਾਹੀ ਹੈ। ਇੱਥੋਂ ਦੀ ਇੱਕ ਇੱਕ ਗਲੀ ਇਸ ਗੱਲ ਦੀ ਗਵਾਹੀ ਦੇ ਰਹੀ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜਲਾਲਾਬਾਦ ਦੇ ਵਿੱਚ ਵੀ ਬਹੁਤ ਕੰਮ ਕੀਤੇ ਨੇ, ਪੂਰੇ ਪੰਜਾਬ 'ਚ ਵੀ ਕੀਤੇ ਨੇ। ਸੋ ਮੈਂ ਸਮਝਦਾ ਇਤਿਹਾਸਕ ਯਾਤਰਾ ਹੈ ਔਰ ਇਹਦੇ ਬੜੇ ਵਧੀਆ ਨਤੀਜੇ ਨਿਕਲਣਗੇ। ਮੈਂ ਜਿਹੜੀ ਅੱਜ ਪੰਜਾਬ ਬਚਾਓ ਯਾਤਰਾ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਕਰ ਰਹੇ ਨੇ ਉਹਦੇ ਵਿੱਚ ਜਿੰਨੇ ਵੀ ਕਿਸਾਨ ਨੇ ਆ ਸਾਰੇ ਟਰੈਕਟਰ ਜਿਹੜੇ ਲੈ ਕੇ ਆਏ ਆ, ਮੈਂ ਵੀ ਇੱਕ ਆਪਣੇ ਦੇ ਤੌਰ 'ਤੇ ਇੱਕ ਕਿਸਾਨ ਹੋਣ ਦੇ ਨਾਤੇ ਔਰ ਇੱਕ ਪਾਰਟੀ ਦਾ ਵਰਕਰ ਹੋਣ ਦੇ ਨਾਤੇ ਮੈਂ ਵੀ ਜਿਹੜਾ ਇੱਥੇ ਟਰੈਕਟਰ ਅਸੀਂ ਕਾਫੀ ਜਿਹੜੀ ਸੰਗਤ ਸਾਡੀ ਬਾਰਡਰ ਏਰੀਏ ਤੋਂ ਜਿਹੜੀ ਰਾਜਸਿੰਘ ਬਰਾਦਰੀ ਜਾਂ ਸਾਰੀਆਂ ਬਰਾਦਰੀਆਂ ਦੇ ਜਿਹੜੇ ਲੋਕ ਇੱਥੇ ਇਕੱਠੇ ਹੋਏ ਆ ਮਾਣਯੋਗ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਜਿਹੜਾ ਹੌਸਲਾ ਦੇਣ ਵਾਸਤੇ ਆਏ, ਕਿਉਂਕਿ ਉਹਨਾਂ ਨੇ ਪੰਜਾਬ ਦਾ ਇੱਕ ਚੰਗੇ ਕੰਮ ਕੀਤੇ, ਉਸ ਵਾਸਤੇ ਲੋਕ ਜਿਹੜੇ ਆ ਉਹਨਾਂ ਦੇ ਨਾਲ ਖੜੇ। ਸਰਦਾਰ ਸੁਖਬੀਰ ਸਿੰਘ ਬਾਦਲ ਜੀ ਜਲਾਲਾਬਾਦ ਪਹੁੰਚਣ 'ਤੇ ਬਹੁਤ ਖੁਸ਼ੀ ਆਈ ਹੈ ਜਲਾਲਾਬਾਦ ਦੀ ਸੰਗਤ ਨੂੰ, ਵੋਟਰਾਂ ਨੂੰ ਔਰ ਪਿੰਡਾਂ ਨੂੰ। ਅੱਜ ਘਣੇ ਹੀ ਆ ਸਾਡੇ ਜੋਨ ਟਾਪਸਾ ਜੋਈਆ ਦੇ ਪਿੰਡ ਵੈਰੋ ਕੇ ਟਾਬਾਂ ਕਟੀਆਂ ਵਾਲਾ ਮੰਨੇ ਵਾਲਾ ਸਾਰੇ ਇੰਤਜ਼ਾਰ ਕਰ ਰਹੇ ਸਰਦਾਰ ਸੁਖਬੀਰ ਸਿੰਘ ਬਾਦਲ ਦਾ। ਬਹੁਤ ਖੁਸ਼ੀ ਆ ਗਈ ਜਲਾਲਾਬਾਦ ਪਹੁੰਚਣ ਦੀ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ, ਅਸੀਂ ਬਹੁਤ ਧੰਨਵਾਦ ਹਾਂ ਬਾਦਲ ਸਾਹਿਬ। ਬਈ ਸੁਖਬੀਰ ਸਿੰਘ ਬਾਦਲ ਸਾਹਿਬ ਜੀ ਇੱਥੇ ਮੁੱਖ ਅਤਿਥੀ ਆ ਚੁੱਕੇ ਨੇ ਆਪਣੇ ਜਲਾਲਾਬਾਦ 'ਚ। ਆਪਾਂ ਵੱਧ ਤੋਂ ਵੱਧ ਵੋਟਾਂ ਪਾ ਕੇ ਇਸ ਬਾਦਲ ਸਾਹਿਬ ਨੂੰ ਜਿਤਾਉਣਾ ਹੈ। ਬਾਦਲ ਸਾਹਿਬ ਨੇ ਬਹੁਤ ਕੰਮ ਕੀਤੇ ਨੇ, ਝਾੜੂ ਵਾਲੇ ਨੇ ਕੁਛ ਨਹੀਂ ਕੀਤਾ, ਨਾ ਕੋਈ ਕਿਸੇ ਨੇ ਕੰਮ ਕੀਤਾ ਅਤੇ ਨਾ ਹੀ ਕਿਸੇ ਨੇ ਕਰਨਾ ਹੈ। ਜਿੱਥੇ ਸੁਖਬੀਰ ਸਿੰਘ ਬਾਦਲ ਹੈ ਉੱਥੇ ਕੋਈ ਨਹੀਂ ਪਹੁੰਚ ਸਕਦਾ ਅਤੇ ਨਾ ਹੀ ਕੋਈ ਪਹੁੰਚਾ ਹੈ। ਬੀਬੀਆਂ ਨੂੰ ਲਾਰਾ ਲਾ ਕੇ ਅਤੇ ਇਹਨਾਂ ਨੇ ਕਿਹਾ ਸੀ ਅਸੀਂ 1000 ਰੁਪਈਆ ਪਾਵਾਂਗੇ ਸਭ ਕੋਲੋਂ ਵੋਟਾਂ ਲੈ ਕੇ, ਅਤੇ ਅੱਜ ਕਿਸੇ ਨੂੰ ਪੁੱਛ ਵੀ ਨਹੀਂ ਰਿਹਾ ਵੀ ਕਿੱਥੇ ਪਿਆ ਹੈ। ਸੁਖਬੀਰ ਸਿੰਘ ਬਾਦਲ ਘਰ ਘਰ ਜਾ ਕੇ ਪੁੱਛਦਾ ਹੈ, ਅਤੇ ਮੰਟਾ ਸਾਹਿਬ ਜੀ ਵੀ ਜਾ ਕੇ ਪੁੱਛਦੇ ਅਤੇ ਬੱਬੂ ਸਾਹਿਬ ਵੀ ਪੁੱਛਦੇ ਨੇ ਘਰ ਘਰ ਜਾ ਕੇ, ਦੁੱਖਾਂ ਕਲੇਸ਼ਾਂ ਦਾ ਸਾਰਿਆਂ ਦਾ ਨਾਲ ਸਾਥ ਦਿੰਦੇ ਨੇ। ਵਾਹਿਗੁਰੂ ਜੀ ਦਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਿੱਥੇ ਸੜਕਾਂ ਖੜੀਆਂ ਨੇ ਬਾਦਲ ਸਾਹਿਬ ਦੀ ਰੁਕੀਆਂ ਹੋਈਆਂ ਉੱਥੇ ਹੀ ਖੜੀਆਂ ਨੇ। ਬਾਰਡਰ ਵਾਲਿਓ, ਬਾਰਡਰ ਵਾਲਿਓ ਕਹਿ ਬੋਜੋ, ਤੁਹਾਨੂੰ ਬਾਰਡਰ ਵਾਲਿਆਂ ਨੂੰ ਅੱਗੇ ਵੀ ਬਾਦਲ ਨੇ ਬਾਹਰ ਕੱਢਿਆ ਅਤੇ ਹੁਣ ਵੀ ਬਾਹਰ ਕੱਢੇਗਾ। ਜਿੱਥੇ ਪੁਲਾਂ ਨਹੀਂ ਬਣੀਆਂ ਸੀ ਉੱਥੇ ਬਣੀਆਂ ਨੇ। ਅੱਜ ਬਾਰਡਰ ਵਾਲੇ ਕੋਈ ਹੱਥ ਕਰ ਤੇ ਕਰ ਕਹਿ ਦੇਵੇ ਵੀ ਸਾਨੂੰ ਅੱਜ ਇੱਥੇ ਕਿਸੇ ਨੇ ਵੀ ਕੋਈ ਪਾਰ ਲੰਘਾਇਆ ਹੈ ਅਤੇ ਇੱਥੇ ਹੱਥ ਖੜਾ ਕਰ ਤੇ ਬੋਲ ਜਾਵੇ। ਜਿੱਥੇ ਬਾਦਲ ਸਾਹਿਬ ਹੈ ਉੱਥੇ ਬਾਦਲ ਸਾਹਿਬ ਹੀ ਰਹੇਗਾ ਅਤੇ ਉੱਥੇ ਹੁੰਦਿਆਂ ਰਹਿਣਗੇ ਕੰਮ ਅਤੇ ਬਾਕੀ ਦੇ ਸਾਰਿਆਂ ਦੇ ਇੱਥੇ ਪੈਰਾਂ ਨੇ। ਵਾਹਿਗੁਰੂ ਜੀ ਦਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਵੀਰੋ, ਪੰਜਾਬ ਪਜਾਊ ਯਾਤਰਾ ਤੁਹਾਨੂੰ ਪਤਾ ਹੀ ਹੈ ਵੀ ਕਿਉਂ ਇਹ ਪੰਜਾਬ ਬਚਾਊ ਯਾਤਰਾ ਨਿਕਾਲੀ ਜਾ ਰਹੀ ਹੈ। ਇਹਦੇ ਵਿੱਚ ਜਿਹੜੇ ਸਾਡੇ ਦਾਲ ਆਟੇ ਜਿਹੜੇ ਸਾਡੇ ਗਰੀਬਾਂ ਦੇ ਪਹਿਲਾਂ ਕੱਟ ਦਿੱਤੇ ਗਏ ਨੇ, ਜਿਹੜਾ ਲੋਕਾਂ ਨੂੰ ਝੂਠੀਆਂ ਤਸੱਲੀਆਂ ਦੇ ਕੇ
ਜਿਹੜਾ ਇਹਨਾਂ ਨੇ ਸਰਕਾਰ ਬਣਾ ਲਈ ਹੈ ਜਿਹਦੇ ਵਿੱਚ ਕੋਈ ਵੀ ਵਿਕਾਸ ਨਾਂ ਦੀ ਚੀਜ਼ ਨਹੀਂ ਹੈਗੀ। ਅਸੀਂ ਜੇਕਰ ਹਲਕੇ ਜਲਾਲਾਬਾਦ ਦੀ ਗੱਲ ਕਰੀਏ, ਸਾਡਾ ਜਿਹੜਾ ਹਲਕਾ ਜਲਾਲਾਬਾਦ ਪਛੜੇ ਦੇ ਨਾਮ 'ਤੇ ਜਾਣਿਆ ਜਾਂਦਾ ਸੀ, ਜਿੱਥੇ ਸਾਡੇ ਮਾਣਯੋਗ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਬਹੁਤ ਜ਼ਿਆਦਾ ਵਿਕਾਸ ਦੇ ਜਿਹੜੇ ਇੱਥੇ ਕੰਮ ਕਰਵਾਏ ਨੇ। ਆ ਸਾਡੇ ਨਾਲ ਹੀ ਇੱਕ ਜਿਹੜਾ ਇੱਥੇ ਬਿਲਕੁਲ ਆ ਸੜਕ ਤੋਂ ਦੂਸਰੀ ਸਾਈਡ 'ਤੇ ਜਿਹੜਾ ਇੱਕ ਸਰਕਾਰੀ ਹੋਸਪਿਟਲ 'ਤੇ ਦੀ ਬੜੀ ਵੱਡੀਆਂ ਇਮਾਰਤਾਂ ਬਣਾ ਕੇ ਜਿੱਥੇ ਇੱਥੇ ਡਾਕਟਰ ਵੀ ਪ੍ਰੋਵਾਈਡ ਕਰਵਾਏ, ਪਰ ਇਹ ਹੁਣ ਡਾਕਟਰਾਂ ਹੁਣ ਵੀ ਵਾਂਝੇ ਪਏ ਨੇ। ਇਸ ਸਰਕਾਰ ਨੇ ਕੋਈ ਵੀ ਇੱਥੇ ਡਾਕਟਰ ਜਿਹੜੇ ਪ੍ਰੋਵਾਈਡ ਨਹੀਂ ਕਰਾਏ। ਜਦੋਂ ਦੇ ਜੋ ਸੁਖਬੀਰ ਸਿੰਘ ਬਾਦਲ ਕੰਮ ਕਰਕੇ ਗਿਆ ਹੈ, ਜਿੱਥੇ ਦੇ ਜਿੱਥੇ ਉਹ ਕਰਕੇ ਗਏ ਨੇ, ਉੱਥੇ ਦੇ ਉੱਥੇ ਹੀ ਖੜੇ ਰਹਿ ਗਏ ਨੇ। ਬੀਬੀ, ਕੀ ਆਟਾ ਦਾਲ ਜਿਹੜਾ ਪਹਿਲਾਂ ਮਿਲਦਾ ਸੀ ਜੋ ਗਰੀਬਾਂ ਦੀ ਮਦਦ ਕੀਤੀ ਜਾਂਦੀ, ਹੁਣ ਕੀਤੀ ਜਾਂਦੀ ਹੈ? ਕੋਈ ਨਹੀਂ, ਸਾਨੂੰ ਤਾਂ ਕੁਛ ਵੀ ਨਹੀਂ ਮਿਲਦਾ, ਗੰਦਾ ਆਟਾ ਆਉਂਦਾ ਏ, ਸੁੰਡੀਆਂ ਵਾਲੀ ਕਣਕ ਅਤੇ ਕੀੜੇ ਵਿੱਚ ਹੁੰਦੇ ਨੇ, ਦਿਲ ਨਹੀਂ ਕਰਦਾ ਖਾਵਣ ਅਤੇ ਮੁਸ਼ਕ ਮਾਰਦੀ ਕਣਕ, ਇਸੋ ਜਿਹੀ ਕਣਕ ਅਸੀਂ ਲੈ ਖਾਈਏ। ਅਸੀਂ ਬੰਦੇ ਹਾਂ ਕਿ ਜਾਨਵਰ ਹਾਂ, ਵੀ ਸਾਨੂੰ ਇਹ ਸਹੂਲਤ ਨਹੀਂ ਚਾਹੀਦੀ ਜਿਹੜੀ ਹੈ। ਨਾਨਾ ਬਾਦਲ ਸਾਹਿਬ ਵੇਲੇ ਵਧੀਆ ਸਾਨੂੰ ਕਣਕ ਮਿਲਦੀ ਸੀ, ਸਭ ਕੁਛ ਮਿਲਦਾ ਸੀ, ਦਾਲ ਵੀ ਮਿਲਦੀ ਸੀ ਅਤੇ ਕਣਕ ਵੀ ਸਾਫ਼ ਸੁਥਰੀ ਆਉਂਦੀ ਸੀ। ਹੁਣ ਤਾਂ ਬੇਕਾਰ ਏ, ਜਦੋਂ ਦਾ ਝਾੜੂ ਵਾਲਾ ਜਿੱਤਾ ਏ, ਸਾਨੂੰ ਕੁਛ ਨਹੀਂ ਮਿਲ ਰਿਹਾ। ਹਾਂ, ਕਰਾਂਦੇ ਸੀ ਹਲਕਾ ਗੁਰੂ ਸਹਾਏ ਤੋਂ ਬਾਅਦ ਆਖਿਰਕਾਰ ਜਲਾਲਾਬਾਦ ਦੇ ਵਿੱਚ ਜਿਹੜੀ ਇਹ ਯਾਤਰਾ ਉਹ ਐਂਟਰ ਹੋ ਚੁੱਕੀ ਆ। ਭਰਵਾਂ ਹੁੰਗਾਰਾ ਮਿਲ ਰਿਹਾ ਜਲਾਲਾਬਾਦ ਤੋਂ, ਜਿਹੜੇ ਜ਼ਿਲ੍ਹਾ ਇੰਚਾਰਜ ਨੇ ਮੰਟੂ ਜੀ ਉਹ ਨਾਲ ਪਹੁੰਚ ਚੁੱਕੇ ਨੇ, ਅਤੇ ਤਮਾਮ ਲੀਡਰਸ਼ਿਪ ਸੁਖਬੀਰ ਸਿੰਘ ਬਾਦਲ ਨੇ ਸਵਾਗਤ ਲਈ ਇੱਥੇ ਮੌਜੂਦ ਹੈ, ਸਵਾਗਤ ਕੀਤਾ ਜਾ ਰਿਹਾ। ਹਰ ਕੋਈ ਹਿੱਸਾ ਬਣਨਾ ਚਾਹੁੰਦਾ ਇਸ ਯਾਤਰਾ ਦਾ। ਆਖਿਰਕਾਰ ਲੰਬਾ ਇੰਤਜ਼ਾਰ ਕਰਨਾ ਪਿਆ ਕਿਉਂਕਿ ਪਿੱਛੇ ਬਹੁਤ ਜ਼ਿਆਦਾ ਕਰਾਊਡ ਹੋਣ ਕਰਕੇ ਯਾਤਰਾ ਜਿਹੜੀ ਆ ਉਹ ਥੋੜ੍ਹੀ ਸਲੋਅ ਪਹੁੰਚੀ ਆ, ਤਾਂ ਹਰ ਕੋਈ ਹੁਣ ਜਿਹੜਾ ਆ ਉਤਸ਼ਾਹ ਦੇ ਵਿੱਚ ਆ ਕਿ ਹਿੱਸਾ ਬਣਿਆ ਜਾਵੇ ਇਸ ਯਾਤਰਾ ਦਾ। ਸੋ ਅਹਿਮ ਪੁਆਇੰਟ ਆ ਇਹ ਯਾਤਰਾ ਦਾ, ਅਤੇ ਯਾਤਰਾ ਦੇ ਵਿੱਚ ਹਰ ਕੋਈ ਜਿਹੜਾ ਉਹ ਸ਼ਾਮਿਲ ਹੋ ਰਿਹਾ ਆ। ਕੈਮਰਾਮੈਨ ਜਗਜੀਤ ਸਿੰਘ ਦੇ ਨਾਲ ਜਸਪ੍ਰੀਤ ਸਿੰਘ, ਪੀ ਟੀ ਸੀ ਨਿਊਜ਼, ਜਲਾਲਾਬਾਦ।